ਅੱਜ ਬਜ਼ੁਰਗ ਦਿਵਸ ਮੌਕੇ ਤੇ 21ਵਾਂ ਅੱਖਾਂ ਤੇ ਬਵਾਸੀਰ ਦਾ ਮੁਫਤ ਚੈੱਕਅਪ ਅਤੇ ਆਪਰੇਸ਼ਨ ਕੈਂਪ ਲਗਾਇਆ ਗਿਆ। ਇਸ ਮੌਕੇ ਤੇ ਵੱਖ-ਵੱਖ ਡਾਕਟਰਾਂ ਵੱਲੋਂ ਇਹਨਾਂ ਦਾ ਚੈੱਕਅਪ ਕੀਤਾ ਗਿਆ। ਇਹਨਾਂ ਡਾਕਟਰਾਂ ਦਾ ਕਹਿਣਾ ਹੈ ਕਿ ਆਪਰੇਸ਼ਨ ਵਾਲੇ ਮਰੀਜ਼ਾਂ ਨੂੰ ਇੱਕ ਮਿਤੀ ਦਿੱਤੀ ਗਈ ਹੈ ਜਿਸ ਤਹਿਤ ਉਹਨਾਂ ਦੇ ਆਪਰੇਸ਼ਨ ਬਿਲਕੁਲ ਮੁਫਤ ਕੀਤੇ ਜਾਣਗੇ। ਉਹਨਾਂ ਇਹ ਵੀ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਕੈਂਪ ਵਿੱਚ ਕੋਵਿਡ 19 ਦੇ ਨਿਯਮਾਂ ਜਿਵੇਂ ਕਿ ਮਾਸਕ ਲਗਾਉਣਾ, ਹੱਥ ਸੈਨੇਟਾਈਜ਼ ਕਰਨਾ, ਦੂਰੀ ਬਣਾ ਕੇ ਰੱਖਣਾ ਆਦਿ ਦੀ ਪਾਲਣਾ ਕੀਤੀ ਗਈ। ਹਮੇਸ਼ਾ ਹੀ ਚੰਗੇ ਉਪਰਾਲੇ ਜਿਹੜੇ ਹੈ ਸਮਾਜ ਲਈ ਕੀਤੇ ਜਾ ਰਹੇ ਨੇ। ਉਸੀ ਲੜੀ ਦੇ ਤਹਿਤ ਜਿਹੜਾ ਹੈ ਇਹਨਾਂ ਨੇ ਇਹ 21ਵਾਂ ਕੈਂਪ ਜਿਹੜਾ ਹੈ ਉਹ ਅੱਖਾਂ ਦਾ ਕੈਂਪ ਅਤੇ ਬਵਾਸੀਰ ਲਈ ਜਿਹੜਾ ਲਗਾਇਆ ਹੈ ਬਹੁਤ ਹੀ ਸਮਾਜ ਦੇ ਲੋਕਾਂ ਲਈ ਬੜਾ ਉੱਚਾ ਉਪਰਾਲਾ ਹੈ। ਜਦੋਂ ਸਮਾਜ ਦਾ ਹਰੇਕ ਵਰਗ ਹਰੇਕ ਵਿਅਕਤੀ ਦਾ ਜਿਹੜਾ ਹੈ ਦਰਦ ਆਪਣਾ ਸਮਝਦਾ ਹੈ ਤਾਂ ਹੀ ਅਜਿਹੇ ਜਿਹੜੇ ਕੈਂਪ ਜਿਹੜੇ ਉਹ ਆਯੋਜਨ ਹੁੰਦੇ ਨੇ ਅਤੇ ਆਮ ਜਿਹੜੇ ਗਰੀਬ ਲੋਕ ਨੇ ਜਾਂ ਜਿਹਨਾਂ ਲੋੜ ਹੈ, ਗਰੀਬ ਨਹੀਂ ਜਿਹਨਾਂ ਲੋੜ ਹੈ, ਉਹ ਇਹਨਾਂ ਕੈਂਪਾਂ ਦਾ ਜਿਹੜਾ ਹੈ ਵੱਧ ਤੋਂ ਵੱਧ ਜਿਹੜਾ ਹੈਗਾ ਉਹ ਫਾਇਦਾ ਲੈ ਰਹੇ ਨੇ। ਅਤੇ ਇਸੀ ਗੱਲ ਦੀ ਮੈਨੂੰ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਜਿਹੜੇ ਵੀ ਇਹ ਕੈਂਪ ਆਯੋਜਨ ਕਰ ਰਹੇ ਨੇ ਉਹ ਸ਼ਰਧਾ ਨਾਲ ਕਰ ਰਹੇ ਨੇ ਅਤੇ ਇਹੀ ਜਿਹੜੇ ਇਹ ਕੈਂਪਾਂ ਦੀ ਇੱਕ ਖਾਸੀਅਤ ਹੈਗੀ ਹੈ। 21ਵਾਂ ਕੈਂਪ ਲਗਾਇਆ ਗਿਆ। ਇਸ ਕੈਂਪ 'ਚ ਅੱਖਾਂ ਦੇ ਔਰ ਬਵਾਸੀਰ ਦੇ ਓਪਰੇਸ਼ਨ ਕੀਤੇ ਜਾਣਗੇ। ਪਹਿਲਾਂ ਅੱਜ ਇੱਥੇ ਚੈੱਕਅਪ ਹੋਊਗਾ। ਚੈੱਕਅਪ ਤੋਂ ਬਾਅਦ ਸਾਰੇ ਮਰੀਜ਼ਾਂ ਨੂੰ ਜਿਵੇਂ ਪ੍ਰਾਈਵੇਟ ਮਰੀਜ਼ਾਂ ਨੂੰ ਡੇਟਸ ਮਿਲਦੀਆਂ ਡੇਟਸ ਮਿਲਣਗੀਆਂ, ਉਹਨਾਂ ਡੇਟਸ 'ਤੇ ਉਹਨਾਂ ਦੇ ਓਪਰੇਸ਼ਨ ਹੋ ਜਾਣਗੇ। ਅੱਜ ਇੱਥੇ ਚੀਫ ਗੈਸਟ ਵੱਲੋਂ ਆਪਣੇ SDM ਡਾਕਟਰ ਸੰਜੀਵ ਕੁਮਾਰ ਵੀ ਆਏ ਹੋਏ ਹਨ, ਤਹਿਸੀਲਦਾਰ ਗੁਰਜਿੰਦਰ ਸਿੰਘ ਜੀ। ਇਹ ਦੋਨੋਂ ਸੋਸ਼ਲੀ ਬਹੁਤ ਜ਼ਿਆਦਾ ਐਕਟਿਵ ਹੈ, ਐਡਮਿਨਿਸਟ੍ਰੇਸ਼ਨ ਦਾ ਪੂਰਾ ਕੋਆਪਰੇਸ਼ਨ ਹੈ। ਇਸ ਕੋਵਿਡ ਦੇ ਟਾਈਮ 'ਚ ਨੀਡੀ ਪੇਸ਼ੈਂਟਸ ਲਈ ਇਸ ਕੈਂਪ ਦਾ ਬਹੁਤ ਜ਼ਿਆਦਾ ਫਾਇਦਾ ਹੋਏਗਾ। ਵਿਸ਼ਵ ਜਾਗਰਤੀ ਮਿਸ਼ਨ ਬਿਲਕੁਲ ਡੈਡੀਕੇਟਡਲੀ ਇਸ ਗੱਲ 'ਤੇ ਲੱਗਿਆ ਹੋਇਆ ਕਿ ਹਰ ਸਾਲ ਇਹ ਕੈਂਪ ਪਹਿਲਾਂ ਨਾਲੋਂ ਬਿਹਤਰ ਹੋ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਅਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਅਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਅਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ TV। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਅਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਅਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।